ਕਹਿੰਦੇ ਨੇ ਕੁਦਰਤ ਦੇ ਨਾਲ ਕੀਤਾ ਖਿਲਵਾੜ ਬੰਦੇ ਨੂੰ ਉਸ ਦੇ ਪਤਨ ਵੱਲ ਲੈ ਜਾਂਦਾ ਹੈ ਕਿੰਨੀਆਂ ਹੀ ਕੁਦਰਤੀ ਆਫਤਾਂ ਜਦੋਂ ਵੀ ਆਉਂਦੀਆਂ ਨੇ ਉਸ ਨਾਲ ਨਜਿੱਠਣਾ ਇਨਸਾਨ ਦੇ ਵਸ ਦਾ ਨਹੀਂ ਹੁੰਦਾ ਅਜਿਹਾ ਹੀ ਕੁਝ ਚੀਨ ਵਿੱਚ ਦੇਖਣ ਨੂੰ ਮਿਲ ਰਿਹਾ ਜਿੱਥੇ ਚੀਨ ਵਿੱਚ ਲਗਾਤਾਰ ਕੋਈ ਨਾ ਕੋਈ ਹਾਦਸਾ ਵਾਪਰ ਰਿਹਾ ਹੈ ਸਭ ਤੋਂ ਪਹਿਲਾਂ ਚੀਨ ਵਿੱਚ ਕਰੋਨਾ ਨੇ ਕਹਿਰ ਮਚਾਇਆ ਜਿਸ ਨੇ ਪੂਰੀ ਦੁਨੀਆ ਵਿੱਚ ਹਾਹਾਕਾਰ ਮਚਾ ਦਿੱਤੀ ਪਰ ਹੁਣ ਚੀਨ ਦੇ ਉੱਤਰ ਪੱਛਮ ਡੁੰਹਾੰਗ ਸ਼ਹਿਰ ਬੀਤੇ ਐਤਵਾਰ ਨੂੰ ਧੂੜ ਦੀ ਚਾਦਰ ਨਾਲ ਭੜਿਆ ਹੋਇਆ ਦਿਖਾਈ ਦਿੱਤਾ ਗਾਸੂ ਸੂਬੇ ਦੇ ਇਸ ਸ਼ਹਿਰ ਵਿੱਚ ਅਚਾਨਕ ਉੱਠੇ ਰੇਤਲੇ ਤੂਫਾਨ ਨੇ ਨਾਗਰਿਕਾਂ ਦਾ ਜੀਵਨ ਪ੍ਰਭਾਵਿਤ ਕਰ ਦਿੱਤਾ ਇਸ ਤੂਫਾਨ ਕਾਰਨ ਰੇਤ ਦੀ ਕੰਦ ਕਰੀਬ 100 ਮੀਟਰ ਉੱਚੀ ਦਿਖਾਈ ਦਿੱਤੀ ਸੀ ਹਾਲਾਤ ਇੰਨੇ ਖਰਾਬ ਬਣ ਗਏ ਕਿ ਸ਼ਹਿਰ ਦੀ ਆਵਾਜਾਈ ਕਾਫੀ ਦੇਰ ਤੱਕ ਰੁਕੀ ਰਹੀ ਅਤੇ ਪੁਲਿਸ ਵੱਲੋਂ ਲਗਾਤਾਰ ਫਸੀਆਂ ਹੋਈਆਂ ਗੱਡੀਆਂ ਨੂੰ ਕੱਢਣ ਲਈ ਨਿਰਦੇਸ਼ ਦਿੱਤੇ ਜਾ ਰਹੇ ਸਨ ਇਸ ਰੇਤਲੇ ਤੂਫਾਨ ਕਾਰਨ ਆਸਮਾਨ ਪੀਲਾ ਨਜ਼ਰ ਆ ਰਿਹਾ ਸੀ ਉੱਥੇ ਹੀ ਲੋਕ ਮੁਸ਼ਕਿਲ ਨਾਲ 5 ਮੀਟਰ ਤੱਕ ਹੀ ਦੇਖ ਪਾ ਰਹੇ ਸਨ ਸਥਾਨਕ ਟ੍ਰੈਫਿਕ ਪੁਲਿਸ ਨੇ ਟੋਲ ਗੇਟ ਤੇ ਟ੍ਰੈਫਿਕ ਕੰਟਰੋਲ ਲਗਾਏ ਅਤੇ ਫਸੀਆਂ ਹੋਈਆਂ ਗੱਡੀਆਂ ਨੂੰ ਐਕਸਪ੍ਰੈਸ ਵੇ ਛੱਡਣ ਦੇ ਆਦੇਸ਼ ਦਿੱਤੇ ਗੋਬੀ ਮਾਰਥਿਲ ਦੇ ਨੇੜੇ ਸਥਿਤ ਇਸ ਸ਼ਹਿਰ ਵਿੱਚ ਤੂਫਾਨ ਨੇ ਸਿਲਕ ਰੋਡ ਦੇ ਇਸ ਪੁਰਾਣੇ ਸ਼ਹਿਰ ਦੀਆਂ ਕਈ ਵੱਡੀਆਂ ਇਮਾਰਤਾਂ ਨੂੰ ਆਪਣੀ ਪਕੜ ਵਿੱਚ ਲੈ ਲਿਆ ਜ਼ਿਕਰਯੋਗ ਹੈ ਕਿ ਸਾਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਤੋਂ ਪਹਿਲਾਂ ਮਈ ਵਿੱਚ ਵੀ ਚੀਨ ਦੀ ਰਾਜਧਾਨੀ ਬੀਜਿੰਗ ਵੀ ਰੇਤ ਦੇ ਤੂਫਾਨ ਦੀ ਗਵਾਹ ਬਣੀ ਸੀ ਚਾਈਨਾ ਸੈਂਟਰਲ ਟੀਵੀ ਚੈਨਲ ਵੱਲੋਂ ਇਸ ਘਟਨਾ ਦਾ ਵੀਡੀਓ ਵੀ ਸ਼ੇਅਰ ਕੀਤਾ ਗਿਆ ਸੀ ਇਸ ਦੌਰਾਨ ਆਵਾਜਾਈ ਕਾਫੀ ਪ੍ਰਭਾਵਿਤ ਹੋਈ ਸੀ ਰਾਜਧਾਨੀ ਦੇ ਦੋ ਪ੍ਰਮੁੱਖ ਹਵਾਈ ਅੱਡਿਆਂ ਤੇ 400 ਤੋਂ ਵੱਧ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਸਨ ਭਾਵੇਂ ਕਿ ਗੋਬੀ ਮਾਰੂਥਲ ਤੋਂ ਕਰੀਬ ਹੋਣ ਕਾਰਨ ਬੀਜਿੰਗ ਦੇ ਲੋਕਾਂ ਨੂੰ ਮਾਰਚ ਅਤੇ April ਵਿੱਚ ਰੇਤਲੇ ਤੂਫਾਨ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ ਚੰਡੀਗੜ੍ਹ ਤੋਂ ਪੀਬੀਸੀ ਨਿਊਜ਼ ਲਈ ਬਿਊਰੋ ਰਿਪੋਰਟ